सूचना मिली थी किस तरह की कार्रवाई चली चली गई जड़ा हैगा साड़ी टीम्स जड़ी हैगी कल तो ही BSF की टीम्स नू 3 बार ड्रोन स्पॉट होया सीगा ते नाल जड़ी BOP हैगी उत्थे ते उस तो बाद साड़ी टीम्स BSF की टीम्स दे नाल मिलके जड़ी हैगी एरिया कॉर्डन किया सीगा ते सुबह तो सर्च चल रही हैगी ते सर्च दे दौरान ते सानू कुछ पर्टिकुलर इनफॉर्मेशन ते बेसिस ते जड़ा हैगा ਉਹ ਇੱਥੇ ਸਾਡੀ ਟੀਮਸ ਨੂੰ ਜਿਹੜਾ BSF ਦੇ ਨਾਲ ਸਾਡੀ ਟੀਮਸ ਹੈਗੀ ਉਹਨਾਂ ਨੂੰ ਆਹ ਇੱਕ ਡਰੋਨ ਇੱਥੇ ਮਿਲਿਆ ਹੈਗਾ ਜਿਹੜਾ ਹੈਗਜ਼ਾਕੋਪਟਰ ਡਰੋਨ ਇਹਨੂੰ ਕਹਿੰਦੇ ਹੈਗੇ ਅਤੇ ਆਹ ਇੱਥੇ ਰਿਕਵਰ ਹੋਇਆ ਹੈਗਾ ਅਤੇ ਫਰਦਰ ਜਿਹੜਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅਤੇ ਅਸੀਂ ਸਸਪੈਕਟ ਕਰ ਰਹੇ ਹਾਂ ਕਿ ਆਹ ਉਹੀ ਡਰੋਨ ਹੈਗਾ ਜਿਹੜਾ ਕੱਲ ਰਾਤ ਨੂੰ 3 ਵਾਰ ਸਪੋਰਟ ਹੋਇਆ ਸੀਗਾ ਹਾਲੇ ਤੱਕ ਕੁਛ ਵੀ ਨਹੀਂ ਹੋਇਆ ਹੈਗਾ ਸਾਡੀ ਡਿਟੇਲਡ ਸਰਚ ਚੱਲ ਰਹੀ ਹੈਗੀ ਹਾਲੇ ਵੀ ਤੇ ਹਾਂਜੀ ਕੀ ਕਹਿੰਦਾ ਸਰ ਫੈਂਸਿੰਗ ਤੋਂ ਕਿੰਨੀ ਦੂਰ ਲਗਭਗ 4.5 ਕਿਲੋਮੀਟਰ ਦਾ ਏਰੀਆ ਹੈਗਾ ਫੈਂਸ ਤੋਂ ਜਿਹੜੀ ਇਨਪੁਟ ਤੁਹਾਨੂੰ ਆਈ ਸੀਗੀ ਜਾਂ ਉਹਦੀ ਲੱਗਦਾ ਸੀ ਕੋਈ ਸਮਾਨ ਇੱਧਰ ਡਿਲੀਵਰ ਹੋਣਾ ਜਾਂ ਕੋਈ ਨਸ਼ਾ ਜਾਂ ਸਰਚ ਕੀਤਾ ਜਾ ਰਿਹਾ ਨਾ ਇਨਪੁਟ ਨਹੀਂ ਹੈਗੀ ਜੀ ਪਹਿਲਾਂ BSF ਦੀ ਟੀਮਸ ਨੇ ਸਪੋਰਟ ਕੀਤਾ ਹੈਗਾ 3 ਵਾਰੀ ਇਹਦਾ ਮੂਵਮੈਂਟ ਸਪੋਰਟ ਕੀਤਾ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਪ੍ਰੋਟੋਕਾਲ ਹੁੰਦਾ ਉਹਦੇ ਹਿਸਾਬ ਨਾਲ ਉੱਤੇ ਫਾਇਰ ਕਰਨਾ ਜਾਂ ਉਹਨੂੰ ਟਰੇਸ ਕਰਨ ਦੀ ਕੋਸ਼ਿਸ਼ ਜਾਂ ਫਿਰ ਉਸ ਤੋਂ ਬਾਅਦ ਸਾਨੂੰ ਇਨਫੋਰਮ ਕੀਤਾ ਹੈੱਡਕੁਆਟਰਸ ਤੇ ਇਨਫੋਰਮ ਕੀਤਾ ਅਤੇ ਫਿਰ ਸਾਡੀ ਟੀਮਸ ਨੇ ਕੋਡਨ ਪੂਰਾ ਏਰੀਆ ਜਿਹੜੇ ਚੌਕ ਪੁਆਇੰਟਸ ਹੈਗੇ ਉਹ ਸਾਰੇ ਕੋਡਨ ਕਰਕੇ ਅਤੇ ਫਿਰ ਸਰਚ ਅਰਲੀ ਮਾਰਨਿੰਗ ਸ਼ੁਰੂ ਕੀਤਾ ਹੈਗਾ ਅਤੇ ਉਸ ਤੋਂ ਬਾਅਦ ਅਸੀਂ ਟਰੇਸ ਕਰ ਪਾਏ ਸਰ ਸਰਚ ਹੁਣ ਵੀ ਚੱਲੇਗਾ ਜੀ ਏਰੀਆ ਹਾਂਜੀ ਹਾਂਜੀ ਚੱਲੇਗਾ ਹਾਂਜੀ ਹਾਂਜੀ ਬਿਲਕੁਲ ਪਿੰਡ ਵਾਲਿਆਂ ਨਾਲ ਗੱਲ ਹੋਈ ਹੈ ਵੀ ਸਰ ਕੋਈ ਸਮਾਨ ਵਗੈਰਾ ਜਾਂ ਕੋਈ ਚੀਜ਼ ਵਗੈਰਾ ਉਹ ਸਾਰੇ ਅਸੀਂ ਦੱਸਤਾ ਹੈਗਾ ਮੁਤਵਾਰਾਂ ਨੂੰ ਅਤੇ ਅਸੀਂ ਹੁਣ ਸਾਡੇ DSP ਸਾਹਿਬ SP ਸਾਹਿਬ ਅਤੇ ਕਮਾਂਡੈਂਟ ਸਾਹਿਬ ਜਿਹੜੇ ਹੈਗੇ ਉਹ ਜਾ ਕੇ ਸਾਰੇ ਹੀ ਸਰਪੰਚ ਨੂੰ ਇੱਥੋਂ ਦੇ ਜਿਹੜੇ ਆਸ ਪਾਸ ਦੇ 5 ਕਿਲੋਮੀਟਰ ਦਾ ਏਰੀਆ ਹੈਗਾ ਉਹਨਾਂ ਨੂੰ ਵੀ ਦੱਸਾਂਗੇ ਗੁਰਦੁਆਰਾ ਸਾਹਿਬ 'ਤੇ ਵੀ ਅਨਾਊਂਸਮੈਂਟ ਹੋਏਗੀ ਕਿ ਕਿਸੇ ਨੂੰ ਵੀ ਕੁਛ ਦਿੱਕਤ ਹੈ ਸਾਡੀ ਟੀਮਸ ਵੀ ਸਰਚ ਕਰ ਰਹੀ ਹੈਗੀ ਅਤੇ ਉਸ ਤੋਂ ਇਲਾਵਾ ਵੀ ਕਦੇ ਮਿਸ ਹੋ ਜਾਂਦਾ ਹੈਗਾ ਅਤੇ ਉਹਨਾਂ ਨੂੰ ਵੀ ਦੱਸਿਆ ਜਾ ਰਿਹਾ ਹੈਗਾ ਕੁਛ ਵੀ ਡਰੋਪਿੰਗ ਰਿਪੋਰਟ ਹੁੰਦੀ ਹੈ ਕਿ ਸਾਨੂੰ ਤੁਰੰਤ ਦੱਸਿਆ ਜਾਏ ਸ਼ੁਰੂਆਤੀ ਜਾਂਚ ਕੀ ਲੱਗਦਾ ਕਿਉਂਕਿ ਕਾਫੀ ਵੱਡਾ ਨਜ਼ਰ ਆ ਰਿਹਾ ਡਰੋਨ ਜਿਹੜਾ ਦੇਖੋ ਸ਼ੁਰੂਆਤੀ ਜਾਂਚ ਤੇ ਆਹ ਤੁਹਾਨੂੰ ਦੱਸਦਾ ਹੈ ਕਿ ਅਕ੍ਰੋਸ ਦ ਬਾਰਡਰ ਜਿਹੜਾ ਹੈਗਾ ਉਹ BSF ਨੂੰ ਸਪੋਰਟ ਹੋਇਆ ਸੀਗਾ ਅਤੇ ਅਸੀਂ ਸਸਪੈਕਟ ਕਰ ਰਹੇ ਹਾਂ ਕਿ ਆਹ ਉਹੀ ਡਰੋਨ ਹੈਗਾ ਤੇ ਬਾਕੀ ਜਦੋਂ ਇਹਦੀ ਫੋਰੈਂਸਿਕ ਜਾਂਚ ਹੋਏਗੀ ਜਦੋਂ ਸਾਰੇ ਚੀਜ਼ਾਂ ਆਏਗੀ ਤੇ ਉਸ ਤੋਂ ਸਾਹਮਣੇ ਸਾਰਾ ਐਵੀਡੈਂਸ ਦੇ ਬੇਸਿਸ ਤੇ ਅਸੀਂ ਕਹਿ ਪਾਵਾਂਗੇ ਇਸ ਤੋਂ ਪਹਿਲਾਂ ਵੀ ਸਰ ਵੱਡੀ ਜਿਹੜੀ ਖੇਪ ਹੈ ਹਥਿਆਰ ਦੀ ਕੁਝ ਦਿਨ ਪਹਿਲਾਂ ਇਸੇ BOP ਏਰੀਆ ਤੋਂ ਵੀ ਜਿਹੜੀ ਬਰਾਮਦ ਹੋਈ ਕਿ ਸ਼ੰਕਰ ਜੀ ਟਾਈਪ ਸਕਦੀ ਕਿ ਇਹ ਵੀ ਹਥਿਆਰ ਦੀ ਵੱਡੀ ਖੇਪ ਆ ਸਕਦੀ ਸੀ ਹੁਣ ਦੇਖੋ ਜਦੋਂ ਤੱਕ ਕਿਉਂਕਿ 3 ਵਾਰ ਡਰੋਨ ਮੂਵ ਕਰ ਰਿਹਾ ਹੈਗਾ ਤੇ ਕੁਛ ਨਾ ਕੁਛ ਤਾਂ ਡੈਫੀਨੇਟਲੀ ਉਹ 'ਚ ਹੋਏਗਾ ਇਸ ਤਰੀਕੇ ਦਾ ਚੀਜ਼ ਜਦੋਂ ਤੱਕ ਕੁਛ ਮਿਲ ਨਹੀਂ ਜਾਂਦਾ ਹੈਗਾ ਉਦੋਂ ਤੱਕ ਅਸੀਂ ਕਹਿ ਨਹੀਂ ਸਕਦੇ ਬਟ ਡੈਫੀਨੇਟਲੀ ਆਸ਼ੰਕਾ ਜ਼ਰੂਰ ਹੈਗੀ ਕਿ ਵੀ ਮਤਲਬ ਡਰੋਨ ਇੰਨਾ ਬੜਾ ਆਇਆ ਹੈਗਾ ਅਤੇ ਉਹਨੇ ਕੁਛ ਨਾ ਕੁਛ ਅਟੈਂਪਟ ਕੀਤਾ ਹੋਣਾ ਜਾਂ ਰੈਕੀ ਕੀਤੀ ਹੋਣੀ ਜਾਂ ਡਰੋਪ ਕੀਤਾ ਹੋਣਾ ਅਤੇ ਉਹ ਅਸੀਂ ਫੜਨ 'ਤੇ ਹੀ ਦੱਸ ਸਕਦੇ ਹਾਂ ਥੈਂਕ ਯੂ ਸਰ ਖੇਤਾਂ 'ਚ ਗਿਰਨਾ ਕਿਤੇ ਨਾ ਕਿਤੇ ਕੁਛ ਵਾਲੇ ਨਿਸ਼ਾਨ ਹੈ ਕਿ ਜਾਂ ਕੋਈ ਇੱਥੋਂ ਭਾਗ